ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। 16 ਸਤੰਬਰ ਦੀ ਫਰੀਦਕੋਟ ਰੈਲੀ ਤੇ ਰੋਕ ਤੋਂ ਬਾਅਦ ਅਕਾਲੀ ਦਲ ਪੁੱਜਾ ਹਾਈਕੋਰਟ, ਕੱਲ੍ਹ ਹੋਵੇਗੀ ਸੁਣਵਾਈ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਫਰੀਦਕੋਟ ਵਿੱਚ ਕਰਾਂਗੇ ਰੈਲੀ, ਕਿਹਾ ਸੁਖਬੀਰ ਸਿੰਘ ਬਾਦਲ ਨੇ। ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਨੂੰ ਪੰਥ ਵਿੱਚੋਂ ਛੇਕੇ ਜਾਣ ਦੀ ਕੀਤੀ ਮੰਗ। ਅਜਨਾਲਾ ਵਿੱਚ ਕਾਲਜ ਤੋਂ ਆ ਰਹੇ ਵਿਦਿਆਰਥਣ ਤੇ ਦੋ ਨੌਜਵਾਨਾਂ ਨੇ ਕੀਤਾ ਤੇਜ਼ਾਬੀ ਹਮਲਾ ਤੇ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਾ ਦਿੱਲੀ ਪੁਲਿਸ ਅਫਸਰ ਦਾ ਬੇਟਾ ਗ੍ਰਿਫਤਾਰ, ਵੀਡੀਓ ਹੋਈ ਨਸ਼ਰ। ਤੇ ਹੁਣ ਖਬਰਾਂ ਵਿਸਥਾਰ ਨਾਲ। 16 ਸਤੰਬਰ ਨੂੰ ਫਰੀਦਕੋਟ ਵਿੱਚ ਕੀਤੀ ਜਾਣ ਵਾਲੀ ਪੋਲ ਖੋਲ ਰੈਲੀ ਤੇ ਪ੍ਰਸ਼ਾਸਨ ਵੱਲੋਂ ਰੋਕ ਲਗਾਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਈਕੋਰਟ ਦਾ ਬੂਹਾ ਖੜਕਾਇਆ ਏ। ਪੰਜਾਬ ਤੇ ਹਰਿਆਣਾ ਉੱਚ ਅਦਾਲਤ ਅਕਾਲੀ ਦਲ ਦੀ ਰੈਲੀ ਦੇ ਮਸਲੇ ਤੇ ਭਲਕੇ ਸੁਣਵਾਈ ਕਰੇਗੀ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਿਲਜੀਤ ਚੀਮਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਰੈਲੀ ਰੱਦ ਕਰਵਾਉਣਾ ਸਰਕਾਰ ਦੀ ਨਲਾਇਕੀ ਏ। ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਅਬੋਹਰ ਵਾਲੀ ਰੈਲੀ ਨੇ ਕਾਂਗਰਸ ਨੂੰ ਕਰਾਰਾ ਜਵਾਬ ਦਿੱਤਾ ਸੀ, ਜਿਸ ਤੋਂ ਕਾਂਗਰਸ ਡਰ ਗਈ ਏ। ਦੱਸ ਦੇਈਏ ਕਿ ਉਪ ਮੰਡਲ ਮੈਜਿਸਟ੍ਰੇਟ ਫਰੀਦਕੋਟ ਨੇ ਲਿਖਤੀ ਤੌਰ ਤੇ ਸੂਚਿਤ ਕਰਦਿਆਂ ਦੱਸਿਆ ਗਿਆ ਸੀ ਕਿ ਖੁਫੀਆ ਰਿਪੋਰਟਾਂ ਮੁਤਾਬਿਕ ਅਕਾਲੀ ਦਲ ਦੇ ਵਰਕਰਾਂ ਅਤੇ ਗਰਮ ਖਿਆਲੀ ਸਿੱਖਾਂ ਦਰਮਿਆਨ ਰੈਲੀ ਦੌਰਾਨ ਤਣਾਅ ਤੇ ਝਗੜਾ ਹੋ ਸਕਦਾ ਏ। ਇਸ ਕਰਕੇ ਅਕਾਲੀ ਦਲ ਨੂੰ ਇੱਥੇ ਇਹ ਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡੈਮੋਕਰੈਟਿਕ ਤਰੀਕੇ ਦੇ ਨਾਲ ਇੱਕ ਸ਼ਾਂਤਮਈ ਰੈਲੀ ਜਿਹੜੀ ਹੈ, ਜਿਹਦਾ ਨਾਮ ਪੋਲ ਖੋਲ ਰੈਲੀ ਰੱਖਿਆ ਗਿਆ, ਜਿਹੜੀ ਪਹਿਲਾਂ ਅਬੋਹਰ ਦੇ ਵਿੱਚ ਵੀ ਹੋਈ ਹੈ, ਪੰਜਾਬ ਦੇ ਹੋਰ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਹੋਈ ਹੈ। ਉਹਦੀ ਬਕਾਇਦਾ ਤੌਰ 'ਤੇ 10 ਤਰੀਕ ਨੂੰ ਅਸੀਂ ਪਰਮਿਸ਼ਨ ਜਿਹੜੀ ਹੈ ਉਹ ਅਪਲਾਈ ਕੀਤੀ ਸੀ ਔਰ ਸਾਰੀ ਤਿਆਰੀ ਵੀ ਜਿਹੜੀ ਹੈ ਫਰੀਦਕੋਟ ਦੇ ਵਿੱਚ ਉਹ ਰੈਲੀ ਦੀ ਹੋ ਗਈ ਹੈ। ਸ਼ਾਮਿਆਂ ਵੀ ਉੱਥੇ ਸਾਰਾ ਤਿਆਰ ਹੋ ਗਿਆ, ਕੁਰਸੀਆਂ ਲੱਗ ਗਈਆਂ, ਹਰ ਤਰ੍ਹਾਂ ਦੀ ਸਟੇਜਾਂ ਤਿਆਰ ਹੋ ਗਈਆਂ, ਪਰ ਅੱਜ ਅਚਾਨਕ ਜਿਹੜੀ ਹੈ ਉਹ ਪ੍ਰਸ਼ਾਸਨ ਦੀ ਸਾਨੂੰ ਚਿੱਠੀ ਮਿਲੀ ਕਿ ਰੈਲੀ ਗੌਰਮੈਂਟ ਨੇ ਬੈਨ ਕਰ ਦਿੱਤੀ ਕਿ ਰੈਲੀ ਦੀ ਆਗਿਆ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਸਕਦੀ। ਮੈਂ ਸਮਝਦਾ ਕਿ ਅੱਜ ਕਾਂਗਰਸ ਸਰਕਾਰ ਨੇ ਇਹ ਕੰਮ ਕਰਕੇ ਐਮਰਜੈਂਸੀ ਦੀ ਯਾਦ ਜਿਹੜੀ ਆ ਉਹ ਇੱਕ ਵਾਰੀ ਫਿਰ ਤਾਜ਼ਾ ਕਰ ਦਿੱਤੀ, ਜਦੋਂ ਸਾਰੇ ਜਿਹੜੇ ਲੋਕਾਂ ਦੇ ਬੇਸਿਕ ਅਧਿਕਾਰ ਸੀਗੇ ਉਹ ਖਤਮ ਕਰ ਦਿੱਤੇ ਗਏ। ਅੱਜ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਉਸੇ ਐਮਰਜੈਂਸੀ ਵਾਲੇ ਪਾਸੇ ਜਿਹੜੀ ਹੈ ਪੰਜਾਬ ਨੂੰ ਫਿਰ ਤੱਕ ਰਹੀ। ਮਾਣਯੋਗ ਅਦਾਲਤ, ਕਿਉਂਕਿ ਬਹੁਤ ਵੱਡਾ ਇਸ ਵੇਲੇ ਡੈਮੋਕਰੇਸੀ ਦੇ ਸਰਵਾਈਵਲ ਦਾ ਸਵਾਲ ਹੈ, ਜਿਹੜਾ ਬੇਸਿਕ ਸਾਡੀ ਫਰੀਡਮ ਆਫ ਐਕਸਪ੍ਰੈਸ਼ਨ ਹੈ ਉਹਦਾ ਸਵਾਲ ਹੈ। ਇਸ ਕਰਕੇ ਮੈਂ ਸਮਝਦਾ ਕਿ ਇਹਦੇ ਨਾਲ ਪੋਲੀਟੀਕਲ ਪਾਰਟੀ ਦੇ ਜਿਹੜੇ ਅਧਿਕਾਰ ਹੈ ਸਾਰੇ ਉਹ ਖਤਮ ਕਰ ਦਿੱਤੇ ਅੱਜ ਸਰਕਾਰ ਨੇ ਇਹ ਚਿੱਠੀ ਦੇਖ ਕੇ। ਕੱਲ੍ਹ ਸਾਨੂੰ ਇਨਸਾਫ ਹੈ ਕਿ ਕੱਲ੍ਹ 10 ਵਜੇ ਜਦੋਂ ਅਦਾਲਤ ਸੁਣੇਗੀ ਤਾਂ ਸਾਡੇ ਨਾਲ ਇਨਸਾਫ ਜਿਹੜਾ ਉਹ ਹੋਏਗਾ। ਸਰਕਾਰ ਵੱਲੋਂ 16 ਸਤੰਬਰ ਨੂੰ ਫਰੀਦਕੋਟ ਵਿੱਚ ਹੋਣ ਵਾਲੀ ਰੈਲੀ ਤੇ ਰੋਕ ਲਗਾਉਣ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ਤੇ ਵੱਡਾ ਹਮਲਾ ਬੋਲਿਆ ਏ। ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਕਰਦੀ ਹੋਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਰਕਾਰ ਦੇ ਇਸ ਫੈਸਲੇ ਦੀ ਤੁਲਨਾ ਐਮਰਜੈਂਸੀ ਦੇ ਸਮੇਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਵਿੱਚ ਕਾਂਗਰਸ ਦੀ ਕੋਈ ਰੈਲੀ ਨਹੀਂ ਰੋਕੀ, ਪਰ ਕੈਪਟਨ ਸਰਕਾਰ ਅਕਾਲੀ ਦਲ ਦੀਆਂ ਰੈਲੀਆਂ ਰੋਕ ਰਹੀ ਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਰੈਲੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਰਕਾਰ ਤੋਂ ਨਾ ਕਦੇ ਲਗਜ਼ਰੀ ਗੱਡੀਆਂ ਦੀ ਮੰਗ ਕੀਤੀ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸੁਰੱਖਿਆ ਮੰਗੀ ਏ। ਫਰੀਦਕੋਟ ਰੈਲੀ ਅਬੋਹਰ ਦੀ ਰੈਲੀ ਤੋਂ ਦੁੱਗਣੀ ਹੋਣੀ ਸੀ ਅਤੇ ਜਿਹੜੇ ਆ ਰੈਡੀਕਲ ਬੈਠੇ ਆ, ਜਿਹੜੇ ਦੇਸ਼ ਦਰੋਹੀ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਉਹਨਾਂ ਨੇ ਕੈਪਟਨ ਨਾਲ ਗੱਲ ਕੀਤੀ ਕਿ ਸਾਡੀ ਬੜੀ ਬੇਇੱਜ਼ਤੀ ਹੋ ਜੂਗੀ, ਇੱਥੇ ਲੱਖਾਂ ਦੀ ਤਾਦਾਦ 'ਚ ਲੋਕ ਇਕੱਠੇ ਹੋ ਜਾਣਗੇ ਅਤੇ ਜਿਹੜੀ ਡਰਾਮਾ ਕੀਤਾ ਸੀ ਜਾਲੀ ਜੀ ਰਿਪੋਰਟ ਬਣਾ ਕੇ ਰਣਜੀਤ ਸਿੰਘ ਦੀ, ਜਿਹਦੇ ਨਾਲ ਇਹਨਾਂ ਨੇ ਪਿਛਲੇ ਹਫ਼ਤੇ 10 ਦਿਨਾਂ 'ਚ ਪ੍ਰਚਾਰ ਝੂਠਾ ਕੀਤਾ ਸੀ, ਪਰ ਉਹ ਪ੍ਰਚਾਰ ਕਾਂਗਰਸ ਦੇ ਉਲਟੇ ਪੈ ਗਿਆ। ਪੰਜਾਬ ਦੀ ਜਨਤਾ ਨੇ ਜੋ ਰਿਸਪੋਂਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਕਾਨਫਰੰਸ ਨੂੰ ਅਤੇ ਧਰਨਿਆਂ ਨੂੰ ਦਿੱਤਾ, ਉਸ ਰਿਸਪੋਂਸ ਨੇ ਇਸ ਸਰਕਾਰ ਨੂੰ ਹਲਾਤਾ ਕਿ ਗੇਮ ਇਹਨਾਂ ਦੇ ਉਲਟੇ ਪੈ ਗਈ ਹੈ। ਅਸੀਂ ਐਸੀ ਜਗ੍ਹਾ 'ਤੇ ਫਿਰ ਤੋਂ ਅਸੀਂ ਹਾਈਕੋਰਟ ਚੱਲੇ ਹਾਂ, ਐਸੀ ਜਗ੍ਹਾ 'ਤੇ ਫਿਰ ਤੋਂ ਰੈਲੀ ਕਰਾਂਗੇ, ਦੱਸੋ ਕਿੰਨੀ ਵਾਰ ਰੋਕੋਗੇ ਤੁਸੀਂ? ਕੈਪਟਨ ਸਾਹਿਬ, ਪੰਜਾਬ ਦੀ ਜਨਤਾ ਦੇ ਗੁੱਸੇ ਨੂੰ ਤੁਸੀਂ ਰੋਕ ਨਹੀਂ ਸਕਦੇ। ਜਿਹੜੇ ਦੇਸ਼ ਨੂੰ ਤੋੜਨਾ ਚਾਹੁਣ, ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨਾ ਚਾਹੁਣ, ਉਹਨਾਂ ਨੂੰ ਤਾਂ ਸਹੂਲਤਾਂ ਸਟੇਟ ਗੈਸਟ, ਅਤੇ ਜਿਹੜੇ ਦੇਸ਼ ਨੂੰ ਅਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਲੜਾਈ ਲੜਦੇ ਰਹੇ ਉਹਨਾਂ ਨੂੰ ਤੁਸੀਂ ਭਜਾਉਣੇ ਹੋ? ਮੈਂ ਤੈਨੂੰ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ
ਅਤੇ ਖਾਸ ਕਰਕੇ ਜਾਖੜ ਨੂੰ ਤੁਹਾਡੀ ਘਬਰਾਹਟ ਹੀ ਦਿਖਾਉਂਦੀ ਹੈ ਕਿ ਤੁਸੀਂ ਹਾਰ ਮੰਨ ਗਏ ਹੋ। ਨਾ ਅਸੀਂ ਸਿਕਿਉਰਿਟੀ ਮੰਗੀ ਹੈ, ਨਾ ਅਸੀਂ ਗੱਡੀਆਂ ਮੰਗੀਆਂ। ਆ ਬਿਲਕੁਲ ਫਰੋਡ ਹੈ ਜਿਹੜਾ ਗੱਲ ਕਰ ਰਿਹਾ। ਨਾ ਸਾਨੂੰ ਇਹਨਾਂ ਦੀ ਸਿਕਿਉਰਿਟੀ ਗੱਡੀਆਂ ਦੀ ਲੋੜ ਹੈ। ਕਾਂਗਰਸ ਦੇ ਅਤੇ ਆ ਜਿਹੜੇ ਅਤਵਾਦੀ ਹੈ ਜਿਹਨਾਂ ਦਾ ਇਹਨਾਂ ਦਾ ਮੇਲ ਹੈ, ਇਹਦਾ ਸਾਰੇ ਪੋਲ ਪੰਜਾਬ ਦੀ ਜਨਤਾ 'ਚ ਖੋਲ੍ਹਾਂਗੇ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸਿੱਧੂ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚ ਉਚੇਕੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਿੱਖ ਕੌਮ ਦੇ ਦਿਲ ਵਲੂੰਦਰੇ ਗਏ ਹਨ। ਸਿਰਸੇ ਵਾਲੇ ਦੇ ਡੀਲਰ ਬਾਦਲਾਂ ਨੂੰ ਪੰਥ ਵਿੱਚੋਂ ਛੇਕੋ, ਪੰਜਾਬ ਵਿੱਚ ਵਾਪਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਨੇ। ਦੋ ਚਾਰ ਵਾਰ ਨਹੀਂ, ਸੱਚੇ ਪਾਤਸ਼ਾਹ ਦੇ ਸਰੂਪਾਂ ਨੂੰ ਕਈ ਵਾਰ ਖੇਰੂ ਖੇਰੂ ਕੀਤਾ ਗਿਆ। ਜਦੋਂ ਤੱਕ ਧਰਤੀ ਰਹੂਗੀ, ਇਹਨਾਂ ਬੇਅਦਬੀਆਂ ਨੂੰ ਸਿੱਖ ਸੰਗਤ ਕਦੇ ਦਿਲੋਂ ਭੁਲਾ ਨਹੀਂ ਪਾਵੇਗੀ, ਨਾ ਸੂਰ ਬਣ ਕੇ ਰਿਸਦਾ ਰਹੇਗਾ। ਇਹ ਜ਼ਖਮ ਕਦੇ ਭਰਨ ਵਾਲੇ ਨਹੀਂ, ਪਰ ਅੱਜ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਜ਼ਖਮ ਦੇਣ ਵਾਲੇ ਪੰਥ ਦੇ ਦੋਖੀਆਂ ਨੂੰ ਸਜ਼ਾ ਦੇਣ ਲਈ ਅਰਜ਼ ਲੈ ਕੇ ਆਇਆ ਹਾਂ। ਮੈਂ ਗਿਆ ਸੀ ਉੱਥੇ, ਚਿੱਠੀ ਦੇ ਕੇ ਆਇਆ। ਜੱਦਰ ਸਾਹਿਬ ਹੈ ਨਹੀਂ ਸੀ ਅਤੇ ਉਹਨਾਂ ਦਾ ਸਟਾਫ ਸੀਗਾ, ਤੁਹਾਡੇ ਸਾਰੇ ਬੰਦੇ ਸੀਗੇ ਉੱਥੇ, ਉਹਨਾਂ ਨੂੰ ਚਿੱਠੀ ਆਪ ਮੈਂ ਫੜਾ ਕੇ ਆਇਆ। ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਹੋਏ ਮਾੜੇ ਵਤੀਰੇ ਦੇ ਅਸਲ ਦੋਸ਼ੀਆਂ ਨੂੰ ਫੜਨਾ ਹੈ ਅਤੇ ਸੰਨ 2007 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਉਸ ਹੁਕਮਨਾਮੇ ਤੱਕ ਜਾਣਾ ਪਵੇਗਾ ਜਿਹੜਾ ਸਿਰਸਾ ਵਾਲੇ ਅਖੌਤੀ ਸਾਹਿਬ ਦੇ ਕੁਕਰਮਾਂ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਬੇਅਦਬੀਆਂ ਲਈ ਅਸਲ ਵਿੱਚ ਸਿਰਸੇ ਵਾਲੇ ਅਖੌਤੀ ਸਾਹਿਬ ਅਤੇ ਪ੍ਰੇਮੀਆਂ ਦੀਆਂ ਵੋਟਾਂ ਲਈ ਪੰਥ ਨੂੰ ਪਸਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀ। ਜਥੇਦਾਰ ਸਾਹਿਬ ਇੱਕ ਇੱਕ ਕਰਕੇ ਪਿਛਲੇ 11 ਸਾਲ ਦੀਆਂ ਘਟਨਾਵਾਂ 'ਤੇ ਨਜ਼ਰ ਪਾਈਏ ਤਾਂ ਇਹਨਾਂ ਦੀਆਂ ਕਰਤੂਤਾਂ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ। ਤੁਸੀਂ ਵੀ ਜਾਣਦੇ ਹੋ ਕਿ ਸਾਲ 2007 ਵਿੱਚ ਹੰਕਾਰੇ ਸਿਰਸੇ ਵਾਲੇ ਅਖੌਤੀ ਸਾਹਿਬ ਦੇ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਂਗ ਰਚਾਇਆ ਸੀ। ਪੰਥ ਨੇ ਇਕੱਠਿਆਂ ਹੋ ਕੇ ਜ਼ੁਲਮੀ ਦੀ ਇਸ ਹਰਕਤ ਦੀ ਨਿਖੇਧੀ ਕੀਤੀ, ਥਾਂ ਥਾਂ ਵਿਰੋਧ ਹੋਏ। ਸੰਗਰੂਰ ਵਿੱਚ ਇੱਕ ਸਿੱਖ ਨੌਜਵਾਨ ਦੀ ਵਿਰੋਧ ਦੌਰਾਨ ਆਪਣੀ ਜਾਨ ਵੀ ਗਵਾਈ। ਜਿਹੜੀ ਚੀਜ਼ ਇਹਨਾਂ ਨੇ 2 ਸਾਲ ਜੂਨ ਨਹੀਂ ਰਿੰਗਣ ਦਿੱਤੀ, ਅਸੀਂ ਉਹ ਸਾਲ ਦੇ ਵਿੱਚ ਸੁਲਝਾ ਕੇ ਸਾਰੇ ਸਾਹਮਣੇ ਲੋਕਾਂ ਦੇ ਸਾਹਮਣੇ ਪੂਰੀ ਗੁੱਥੀ ਜਿਹੜੀ ਉਲਝੀ ਹੋਈ ਸੀ ਸੁਲਝਾ ਕੇ ਤੁਹਾਡੇ ਸਾਹਮਣੇ ਰੱਖਤੀ ਵੀ ਆਹ ਫਲਾਨਾ ਬੰਦਾ ਜ਼ਿੰਮੇਵਾਰ ਹੈ। ਜੇ ਇਹ ਕਹਿਣ ਬਈ ਜੀ ਡੇਰਾ ਪ੍ਰੇਮੀਆਂ ਨੇ ਨਹੀਂ ਕੀਤਾ ਇਹ, ਤਾਂ ਸਾਹਮਣੇ ਆ ਕੇ ਕਾਊਂਟਰ ਕਰਨ ਮੁੱਕਰਦੇ ਆ, ਇਸ ਗੱਲ ਤੋਂ ਮੁੱਕਰਦੇ ਆ ਵੀ ਇਹਨਾਂ ਨੇ ਜਥੇਦਾਰ ਨੂੰ, ਆਨਰੇਬਲ ਜਥੇਦਾਰ ਸਾਹਿਬ ਨੂੰ ਬੁਲਾਇਆ, ਘਰੇ ਤਲਬ ਨਹੀਂ ਕੀਤਾ, ਮੁੱਕਰਦੇ ਆ। ਕਿਤੇ ਕੋਈ ਗੱਲ ਦੇ ਉੱਤੇ ਮੁੱਕਰ ਕੇ ਦਿਖਾਉਣ, ਕਿਤੇ ਕਿਸੇ ਗੱਲ ਦੇ ਉੱਤੇ ਡਿਨਾਈ ਕਰਕੇ ਦਿਖਾਉਣ। ਸਰਹੱਦੀ ਤਹਿਸੀਲ ਅਜਨਾਲਾ ਅਧੀਨ ਪੈਂਦੇ ਇੱਕ ਪਿੰਡ ਦੀ ਰਹਿਣ ਵਾਲੀ ਵਿਦਿਆਰਥਣ ਤੇ ਕਾਲਜ ਤੋਂ ਵਾਪਸ ਘਰ ਆਉਂਦੇ ਸਮੇਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਤੇਜ਼ਾਬੀ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਵਿਦਿਆਰਥਣ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਅਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੋਂ ਉਸ ਨੂੰ ਅੱਗੇ ਅੰਮ੍ਰਿਤਸਰ ਭੇਜ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ DSP ਅਜਨਾਲਾ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੜ੍ਹਦੀ ਸੀ, ਪੜ੍ਹ ਕੇ ਆਉਂਦੀ ਸੀ ਅਤੇ ਉਹ ਅੱਗੋਂ ਮੈਂ ਲੈਣ ਆਉਂਦਾ ਸੀ ਇਹਨਾਂ ਨੂੰ, ਆਪਣੇ ਪਿੰਡ ਤੋਂ 1 ਕਿਲੋਮੀਟਰ ਹਟਵਾਇਆ ਉੱਥੇ ਅੱਡਾ, ਬਾਰ ਵਾਰੀ ਅੱਡੇ ਤੋਂ ਉੱਥੋਂ ਲੈਣ ਵਾਲੇ ਸੜਕੀ ਪਾਰ ਕੀਤੀ ਆ ਅਤੇ ਉਹ ਕੋਈ ਮੁੰਡੇ 2 ਆਏ ਨੇ, ਪੱਗਾਂ ਵੱਜੀਆਂ ਇਹਨੂੰ ਲੜਕੀ ਨੂੰ ਪੁੱਛਿਆ, ਉਹ ਤੇਜ਼ਾਬ ਪਾ ਕੇ ਨੱਠ ਗਏ, ਪਛਾਣ 'ਚ ਨਹੀਂ ਆਏ, ਮਤਲਬ ਇਹਨੂੰ ਤਾਂ ਆਪਣੇ ਹੱਥਾਂ ਦੀ ਪੈ ਗਈ। ਫਿਰ ਮੰਗ ਇਹ ਪ੍ਰਸ਼ਾਸਨ ਨੂੰ ਕਰਦੇ ਵੀ ਇਹੋ ਜਿਹੇ ਬੰਦਿਆਂ ਨੂੰ ਡਾਕਾ ਲੱਗਣਾ ਚਾਹੀਦਾ, ਬਸ ਇਹੀ ਇਹ ਗੱਲ। ਜਿੱਥੇ ਵੀ ਫੋਨ ਛਾਣ ਜੀ ਅਸੀਂ ਵੀ ਕੋਸ਼ਿਸ਼ ਮਾਰਦੇ ਹਾਂ, ਪਤਾ ਲੱਗਾ ਪ੍ਰਸ਼ਾਸਨ ਨੂੰ ਮਿਲਾਂਗੇ ਤੇ ਉਹਨੂੰ ਅੰਗੀ ਸਜ਼ਾ ਦਿੱਤੀ ਜਾ। ਦੇਖੋ ਜੋ ਇਨੀਸ਼ੀਅਲੀ ਸਾਨੂੰ ਪਤਾ ਲੱਗਿਆ, ਜੋ ਲੜਕੀ ਨੇ ਦੱਸਿਆ ਸਟੇਟਮੈਂਟ 'ਚ, ਜਦੋਂ ਬੱਸ ਉਤਰੀ ਹੈ ਤਾਂ ਉਹ ਅੰਮ੍ਰਿਤਸਰ ਦੇ ਲੜਕਿਆਂ ਨੇ ਜਿਹੜੇ ਕਿ ਮੋਟਰਸਾਈਕਲ 'ਤੇ ਸੀਗੇ, ਉਹਨਾਂ ਨੇ ਇੱਕਦਮ ਇੱਕ ਸਾਈਡ ਤੋਂ ਆ ਕੇ ਜਿਹੜਾ ਉਹ ਜਵਾਬ ਪਾਤਾ। ਸੋ ਇਹਦੇ ਬਾਰੇ ਅਸੀਂ
ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹ ਸਾਰੀ ਘਟਨਾ ਕਿਵੇਂ ਹੋਈ ਹੈ। ਡੀਐਸਪੀ ਸਾਹਿਬ ਵੀ ਮੌਕੇ 'ਤੇ ਜਾ ਕੇ ਆਏ ਨੇ, ਥਾਣਾ ਦਾ ਐਸਐਸਓ ਵੀ ਗਏ ਨੇ, ਅਸੀਂ ਵੀ ਇੱਥੇ ਸਾਰੀ ਗੱਲਬਾਤ ਕਰੀ ਹੈ ਲੜਕੀ ਨਾਲ, ਇਹਦੇ ਬਾਰੇ ਉਹਦੇ ਸਟੇਟਮੈਂਟ 'ਤੇ ਜਿਹੜਾ ਕੇਸ ਰਜਿਸਟਰ ਕਰ ਰਹੇ ਹਾਂ। ਉਸ ਤੋਂ ਬਾਅਦ ਜੋ ਵੀ ਗੱਲ ਪੜਤਾਲ 'ਚ ਆਏਗਾ ਉਹ ਅਸੀਂ। ਦਿੱਲੀ ਵਿੱਚ ਇੱਕ ਨੌਜਵਾਨ ਵੱਲੋਂ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਵੀਡੀਓ ਵਿੱਚ ਕੁੱਟਮਾਰ ਕਰਨ ਵਾਲੇ ਵਿਅਕਤੀ ਦਾ ਨਾਂ ਰੋਹਿਤ ਤੋਮਰ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਲੜਕਾ ਬੁਰੀ ਤਰ੍ਹਾਂ ਲੜਕੀ ਨੂੰ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਲੜਕੇ ਨੇ ਪਹਿਲਾਂ ਲੜਕੀ ਨੂੰ ਲੱਤ ਮਾਰੀ ਅਤੇ ਉਸ ਤੋਂ ਬਾਅਦ ਉਸਦੇ ਵਾਲ ਖਿੱਚਦੇ ਹੋਏ ਉਸਨੂੰ ਥੱਪੜ ਮਾਰਿਆ। ਮੁੰਡੇ ਨਾਲ ਉਸਦਾ ਇੱਕ ਦੋਸਤ ਵੀ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਦਾ ਪਿਤਾ ਦਿੱਲੀ ਪੁਲਿਸ ਵਿੱਚ ਸਬ ਇੰਸਪੈਕਟਰ ਹੈ। ਮਾਮਲਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਦਿੱਲੀ ਪੁਲਿਸ ਨੂੰ ਉਚਿਤ ਕਾਰਵਾਈ ਕਰਨ ਲਈ ਕਿਹਾ, ਜਿਸ ਤੋਂ ਬਾਅਦ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਸਵਾਰੀਆਂ ਨਾਲ ਭਰੀ ਵੈਨ ਚਨਾਬ ਨਦੀ ਵਿੱਚ ਡਿੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ, 16 ਲੋਕ ਜ਼ਖਮੀ ਹੋ ਗਏ। ਕਿਸ਼ਤਵਾੜ ਦੇ DC ਅੰਗਰੇਜ਼ ਸਿੰਘ ਰਾਣਾ ਨੇ ਦੱਸਿਆ, ਜ਼ਿਲ੍ਹਾ ਪ੍ਰਸ਼ਾਸਨ ਇਸ ਹਾਦਸੇ ਵਿੱਚ ਜ਼ਖਮੀ ਹੋਏ 11 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਜੰਮੂ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਹੈ। ਪੁਲਿਸ ਨੇ ਦੱਸਿਆ ਕਿ ਚਾਲਕ ਕੋਲੋਂ ਵੈਨ 'ਤੇ ਸੰਤੁਲਨ ਨਾ ਰਿਹਾ ਅਤੇ ਜ਼ਿਲ੍ਹੇ ਦੇ ਠਾਕਰਾਈ ਇਲਾਕੇ ਵਿੱਚ ਚਨਾਬ ਦਰਿਆ ਦੇ ਕੋਲ 300 ਫੁੱਟ ਤੋਂ ਵੱਧ ਡੂੰਘੀ ਖੱਡ ਵਿੱਚ ਡਿੱਗ ਪਈ। ਮਿਜ਼ੋਰਮ ਦੇ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਆਰ ਲਾਲਜਰਲੀਆਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਜ਼ੋਰਮ ਕਾਂਗਰਸ ਸੂਤਰਾਂ ਮੁਤਾਬਕ ਤਾਵੀ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਕਾਂਗਰਸੀ ਨੇਤਾ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਲਲਥਨ ਹਾਵਲਾ ਨੂੰ ਸੌਂਪ ਦਿੱਤਾ ਅਤੇ ਇਸ ਵਿੱਚ ਕਿਹਾ ਕਿ ਉਹ ਸਿਆਸੀ ਮਤਭੇਦਾਂ ਦੇ ਚਲਦਿਆਂ ਅਸਤੀਫਾ ਦੇ ਰਹੇ ਹਨ। ਇਸ ਤੋਂ ਪਹਿਲਾਂ ਮੇਘਾਲਿਆ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਡੋਨਵਾ ਦਿੱਤ ਵਿਲਸਨ ਲਪਾਂਗ ਨੇ ਅਸਤੀਫਾ ਦੇ ਦਿੱਤਾ। ਲਪਾਂਗ ਨੇ ਪਾਰਟੀ ਦੀ ਅਗਵਾਈ ਵਿੱਚ ਸੀਨੀਅਰ ਨੇਤਾਵਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ HS ਫੁਲਕਾ ਨੇ ਕਿਹਾ ਕਿ ਕੈਪਟਨ ਸਰਕਾਰ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਨਹੀਂ ਕਰਨਾ ਚਾਹੁੰਦੀ। ਇਸ ਲਈ ਪੰਜਾਬ ਸਰਕਾਰ ਜਾਣ ਬੁੱਝ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਏ। ਫੁਲਕਾ ਨੇ ਕਿਹਾ ਕਿ ਕੱਲ੍ਹ ਹਾਈਕੋਰਟ ਵਿੱਚ ਜੋ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਰੋਕ ਲਗਾਈ ਗਈ ਏ, ਉਸ ਸਬੰਧੀ ਕੇਸ ਨਵੀਂ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਕੇਸ ਦੀ ਸੁਣਵਾਈ ਦੌਰਾਨ ਵੱਡੇ ਵਕੀਲ ਨਹੀਂ ਸਨ ਪੇਸ਼ ਕੀਤੇ ਗਏ। ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨੀ ਆ ਉਹ ਕਾਰਵਾਈ ਇਹਨਾਂ ਨੇ ਨਹੀਂ ਕੀਤੀ। ਮੈਂ ਸ਼ੁਰੂ ਤੋਂ ਕਹਿ ਰਿਹਾ ਸੀ, ਇੱਕ ਵਕੀਲ ਹੋਣ ਦੇ ਨਾਤੇ ਮੈਨੂੰ ਪਤਾ ਕਿ ਕਮਿਸ਼ਨ ਆਫ ਇਨਕੁਆਇਰੀ ਦੀ ਰਿਪੋਰਟ ਆ ਜਿਹੜੀ ਉਹਨੂੰ ਕਿਵੇਂ ਡੀਲ ਕਰਨਾ ਚਾਹੀਦਾ। ਉਹ ਤਰੀਕਾ ਇਹਨਾਂ ਨੇ ਨਹੀਂ ਵਰਤਿਆ, ਅੱਜ ਉਹ ਸਾਹਮਣੇ ਆ ਗਿਆ। ਇਹ ਹੁਣ ਉਸ ਤੋਂ ਮਗਰੋਂ ਜਿਹੜੀ ਇਹਨਾਂ ਨੇ ਕੱਲ੍ਹ ਇਹ ਕੀਤੀ ਆ ਕਿ ਸਰਕਾਰ ਵੱਲੋਂ ਕੋਈ ਵਕੀਲ ਪੇਸ਼ ਹੀ ਨਹੀਂ ਹੋਇਆ ਔਰ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਉੱਥੇ ਹੋਣਾ ਚਾਹੀਦਾ ਸੀ ਅਤੇ ਇਹ ਜਿਹੜੀ ਸਟੇਅ ਆ ਇਹ ਸਟੇਅ ਦੇ ਖਿਲਾਫ਼ ਇਹਨਾਂ ਨੂੰ ਪੂਰਾ ਜ਼ੋਰਾਂ ਸ਼ੋਰਾਂ ਦੇ ਉੱਤੇ ਜ਼ੋਰ ਲਗਾਉਣਾ ਚਾਹੀਦਾ ਸੀ। ਪਰ ਇਹ ਬਹੁਤ ਹੀ ਇਹ ਅਫਸੋਸ ਦੀ ਗੱਲ ਆ ਕਿ ਇਹ ਪੂਰੇ ਦਾ ਪੂਰਾ ਇਹ ਨਾ ਕਿ ਇਕੱਲਾ ਵਿਧਾਨ ਸਭਾ ਨੂੰ ਗੁੰਮਰਾਹ ਕਰਕੇ ਗਏ ਆ, ਇਹ ਪੂਰੇ ਦਾ ਪੂਰਾ ਇਹਨਾਂ ਨੇ ਸਾਰੇ ਪੰਜਾਬ ਨੂੰ ਗੁੰਮਰਾਹ ਕਰਤਾ। ਅੱਜ ਉੱਥੇ ਬੈਠ ਕੇ ਕਹਿ ਰਹੇ ਆ ਇਹ ਮੰਤਰੀ ਕਿਹੜੇ ਮੂੰਹ ਨਾਲ ਅੱਜ ਉੱਥੇ ਬੈਠ ਕੇ ਕਹਿ ਰਹੇ ਆ ਅਸੀਂ ਅਕਾਲ ਤਖ਼ਤ ਨੂੰ ਕੰਪਲੇਂਟ ਭੇਜ ਰਹੇ ਹਾਂ। ਉਹ ਅਕਾਲ ਤਖ਼ਤ ਨੂੰ ਕੰਪਲੇਂਟ ਭੇਜ ਰਹੇ ਆ ਕੋਰਟ ਦੇ ਵਿੱਚ, ਜਿਹੜਾ ਹਾਈ ਕੋਰਟ ਦੇ ਵਿੱਚ ਜਿੱਥੇ ਤੁਹਾਡਾ ਫਰਜ਼ ਬਣਦਾ ਜਾ ਕੇ ਡਿਫੈਂਡ ਕਰਨਾ, ਉੱਥੇ ਤਾਂ ਤੁਸੀਂ ਕਰ ਨਹੀਂ ਰਹੇ, ਉੱਥੇ ਭੱਜ ਗਏ ਹੋ ਤੁਸੀਂ ਅਕਾਲ ਤਖ਼ਤ ਨੂੰ ਕੰਪਲੇਂਟ ਭੇਜਣ। ਇਹ ਬਹੁਤ ਇਹ ਜਿਵੇਂ ਪੂਰੀ ਇਹਦੀ ਸਰਕਾਰ ਦੀ ਬਦਨੀਤੀ ਆ, ਇਹ ਸਰਕਾਰ ਜਾਂ ਤਾਂ ਨੀਅਤ ਸਾਫ਼ ਨਹੀਂ ਜਾਣ ਕੇ ਆ, ਨਹੀਂ ਇਹ ਸਰਕਾਰ ਦਾ ਟੋਟਲ ਫੇਲੋਰ ਆ। ਇਦੋਂ ਜ਼ਿਆਦਾ ਨਕੰਮੀ ਅਤੇ ਨਾਕਾਮ ਸਰਕਾਰ ਹੋ ਨਹੀਂ ਸਕਦੀ। ਪੰਜਾਬ ਦਾ ਐਡਾ ਵੱਡਾ ਮੁੱਦਾ, ਸਾਰੇ ਮੰਤਰੀ ਸਾਰੇ ਇਹ ਕਾਂਗਰਸ ਪਾਰਟੀ ਦੇ ਸਾਰੇ ਇਸ ਮੁੱਦੇ 'ਤੇ ਬੋਲੀ ਜਾਂਦੇ ਆ ਅਤੇ ਕੋਰਟ ਦੇ ਵਿੱਚ ਇਹਦਾ ਵਕੀਲ ਤੱਕ ਵੀ ਪੇਸ਼ ਨਹੀਂ ਹੁੰਦਾ। ਲੁਧਿਆਣਾ ਦੇ ਥਾਣਾ ਸਾਨੀਵਾਲ ਅਧੀਨ ਆਉਂਦੇ ਇਲਾਕੇ ਵਿੱਚ ਬੀਤੀ ਰਾਤ 4 ਵਿਅਕਤੀਆਂ ਨੇ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਹੱਤਿਆ ਦੀ ਇਹ ਵਾਰਦਾਤ CCTV ਵਿੱਚ ਕੈਦ ਹੋ ਗਈ। ਮ੍ਰਿਤਕ ਦੀ ਪਹਿਚਾਣ ਰਕੇਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਸੀ। ਥਾਣਾ ਸਾਨੀਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਤਰਫ ਸੇ ਮੁਕਦਮਾ ਦਰਜ ਕਰਕੇ ਤਫਤੀਸ਼ ਚੱਲ ਰਹੀ ਹੈ ਔਰ ਜਿਸਕੇ ਅੰਦਰ ਹਮੇਂ ਫੁਟੇਜ ਔਰ ਵੀਡੀਓ ਮਿਲਾ ਤੋ ਉਸੀ ਕੇ ਆਧਾਰ ਪੇ ਹਮ ਆਗੇ ਇਨਵੈਸਟੀਗੇਸ਼ਨ ਕੋ ਬੜਾ ਰਹੇ ਹੈਂ ਔਰ ਜਲਦੀ ਮੁਕਦਮੇ ਕੋ ਹੱਲ ਕੀਆ ਜਾਏਗਾ। ਸਰ, ਕੌਣ ਕੌਣ ਸੀ ਧਾਰਾ ਹੋਗੇ ਜੋ ਮਾਮਲਾ ਦਰਜ ਕੀਆ? ਹਾਲਾਂਕਿ CCTV ਜੋ ਹੈ ਉਸਮੇ ਸਾਫ਼ ਵਿਅਕਤੀ ਨਜ਼ਰ ਆ ਰਹੇ, ਕੋਈ ਕਲੂ ਮਿਲ ਪਾਇਆ? ਇਸਮੇ IPC 302 ਮੇਂ ਮੁਕਦਮਾ ਦਰਜ ਕਰਕੇ ਹਮ ਇਨਵੈਸਟੀਗੇਟ ਕਰ ਰਹੇ ਹੈਂ ਔਰ ਫਿਰ ਫਰਦਰ ਇਨਵੈਸਟੀਗੇਸ਼ਨ ਕੇ ਬਾਅਦ ਮੈਂ ਜੋ ਡਿਟੇਲਸ ਹੋਂਗੇ ਆਪਕੋ ਬਤਾਉਂਗਾ।
ਫਾਜ਼ਿਲਕਾ ਜ਼ਿਲ੍ਹਾ ਅਦਾਲਤ ਦੇ 8 ਜੱਜਾਂ ਨੇ ਆਪਣੇ ਘਰ ਤੋਂ ਜ਼ਿਲ੍ਹਾ ਅਦਾਲਤ ਵਿੱਚ ਪੁੱਜਣ ਲਈ ਈ ਰਿਕਸ਼ਾ ਦੀ ਸਵਾਰੀ ਕੀਤੀ। ਸਾਰੇ ਜੱਜ ਆਮ ਨਾਗਰਿਕਾਂ ਵਾਂਗ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਅਦਾਲਤ ਪੁੱਜੇ। ਉਹਨਾਂ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਪੈਟਰੋਲ ਡੀਜ਼ਲ ਵਾਲੇ ਵਾਹਨਾਂ ਦੀ ਘੱਟ ਵਰਤੋਂ ਕਰਾਂਗੇ ਤਾਂ ਆਲਾ ਦੁਆਲਾ ਸਾਫ਼ ਸੁਥਰਾ ਤੇ ਵਾਤਾਵਰਣ ਸ਼ੁੱਧ ਰਹੇਗਾ। ਉਹਨਾਂ ਈ ਰਿਕਸ਼ਾ ਨੂੰ ਪੈਟਰੋਲ ਡੀਜ਼ਲ ਵਾਲੇ ਵਾਹਨਾਂ ਦਾ ਚੰਗਾ ਬਦਲ ਦੱਸਿਆ। ਸਰ, ਅਸੀਂ ਆਏ ਜੱਜ ਸਾਹਿਬ ਨਾਲ ਲੈ ਕੇ ਆਏ ਹਾਂ ਜੀ। ਸਾਡੀ ਈ ਰਿਕਸ਼ਾ ਹੈ, ਸਾਨੂੰ ਉਹਨਾਂ ਨੇ ਬੁਲਾਇਆ ਸੀ। ਅਸੀਂ ਬਹੁਤ ਆਰਾਮਦਾਰੀ ਨਾਲ ਲੈ ਕੇ ਆਏ ਹਾਂ। ਸਾਨੂੰ ਉਹਨਾਂ ਨੇ ਬਹੁਤ ਆਸ਼ੀਰਵਾਦ ਵੀ ਦਿੱਤਾ ਹੈ, ਬਹੁਤ ਵਧੀਆ ਹੈ ਅਤੇ ਸਾਡੀ ਈ ਰਿਕਸ਼ਾ ਹੈ ਜੀ। ਅਸੀਂ ਤਾਂ ਬਹੁਤ ਇਹਨਾਂ ਦਾ ਸ਼ੁਕਰੀਆ ਕਰਦੇ ਹਾਂ ਜੀ। ਸਾਡੀ ਜਿਹੜੀ ਈ ਰਿਕਸ਼ਾ 'ਤੇ ਬੈਠ ਕੇ ਆਏ ਆ ਜੀ, ਇਹ ਪ੍ਰਦੂਸ਼ਣ ਰਹਿਤ ਹੈ ਜੀ। ਇਹਦੇ ਡੀਜ਼ਲ ਪੈਟਰੋਲ ਨਹੀਂ ਪੈਂਦਾ ਜੀ। ਇਹ ਬਿਲਕੁਲ ਆਰਾਮਦਾਰੀ ਹੈ ਜੀ। ਇਹ ਮਰੀਜ਼ਾਂ ਨੂੰ ਵਾਸਤੇ ਬਹੁਤ ਵਧੀਆ ਹੈ ਜੀ। ਕਿਸੇ ਨੂੰ ਖੜਕਾ ਬਿੜਕਾ ਨਹੀਂ ਆਏਗਾ ਜੀ। ਵਾਤਾਵਰਨ ਨੂੰ ਜੀ ਬਹੁਤ ਜ਼ਿਆਦਾ ਫਾਇਦਾ ਹੈ, 100% ਹੀ ਹੈ ਜੀ ਫਾਇਦਾ ਹੈ ਜੀ। ਇਸ ਗੱਡੀਆਂ ਨੂੰ ਬਹੁਤ ਵਧੀਆ ਜੀ ਚੱਲ ਰਹੀਆਂ ਨੇ, ਬਹੁਤ ਵਧੀਆ ਜੀ। ਹਰੇਕ ਨੂੰ ਫਾਇਦਾ ਹੈ ਜੀ। ਇਹਦੀ ਆਵਾਜ਼ ਨਹੀਂ, ਕੋਈ ਕੜਕਾ ਨਹੀਂ, ਕੋਈ ਵਿੜਕਾ ਨਹੀਂ, ਐਂ ਆਰਾਮਦਾਰੀ ਨਾਲ ਚੱਲਦੀ ਆ। ਇਹਨੂੰ ਮੇਰੇ ਨੂੰ ਗੱਡੀ ਨੂੰ ਹੋ ਗਿਆ ਜੀ 1 ਸਾਲ ਜੀ। ਜੱਜ ਸਾਹਿਬ ਜੀ ਆਏ ਜੀ, 2 ਗੱਡੀਆਂ 'ਚ 8 ਜੱਜ ਲੈ ਕੇ ਆਏ ਜੀ। ਫਾਜ਼ਿਲਕਾ ਦੇ ਜੱਜ ਹੈ ਜੀ, ਅਸੀਂ ਆਏ ਇਹਨਾਂ ਦੀ ਕੋਠੀ 'ਚ ਲੈ ਆਏ, ਉੱਥੋਂ ਉੱਥੇ ਬੁਲਾਇਆ ਗਿਆ ਸੀ। ਪੈਸੇ ਜੀ ਅਸੀਂ ਸਾਨੂੰ ਉਹਨਾਂ ਨੇ ਅਜੇ ਦਿੱਤੇ ਆ, ਸਾਨੂੰ ਆਸ਼ੀਰਵਾਦ। ਬਾਕੀ ਅੱਜ ਜੋ ਖੁਸ਼ਰਦਾ ਸੀ, ਪੈਸੇ ਤਾਂ ਨਹੀਂ ਮੰਗਦੇ, ਕਿਉਂ ਸਾਡੇ ਅਫਸਰ ਹੁੰਦੇ ਆ, ਕੀ ਲਵਾਂਗੇ ਇਹਨਾਂ ਤੋਂ। ਸਾਡਾ ਇੰਨਾ ਹੀ ਬਹੁਤ ਆ ਜੀ, ਸਾਡੀ ਗੱਡੀ 'ਤੇ ਆ ਗਏ ਆ ਜੀ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।